ਬੈਕ ਟੂ ਦ ਅਨਦਰ ਵਲੌਗ ਗਾਇਜ਼। ਸ਼ਾਮ ਦੇ ਵੱਜ ਗਏ ਨੇ, 4 ਵੱਜ ਗਏ ਨੇ ਅਤੇ ਹੁਣ ਚਾਹ ਚੂ ਪੀ ਕੇ ਸ਼ਾਮ ਦੀ ਮੈਂ ਆਈ ਹਾਂ ਕੱਪੜੇ ਉਤਾਰਨ ਦੇ ਲਈ। ਅਤੇ ਹੁਣ ਨਾ ਸਵੇਰੇ ਪਾ ਦਿੰਦੇ ਆ ਕੱਪੜੇ, ਜਲਦੀ ਪਾ ਦਿੰਦੇ ਆ, ਬਟ ਸਾਰਾ ਦਿਨ ਸੁੱਕਦੇ ਨਹੀਂ ਹੈਗੇ ਕਿਉਂਕਿ ਬਾਹਰ ਦਾ ਵੈਦਰ ਹੋਇਆ ਵਾ ਕੁਛ ਜਿੱਦਾਂ ਫੋਗ ਜੀ ਨਹੀਂ ਹੁੰਦੀ ਜਿੱਦਾਂ ਇੱਦਾਂ ਹੋਇਆ। ਪਰ ਦੁਪਹਿਰੇ ਨਿਕਲੀ ਸੀਗੀ, ਥੋੜ੍ਹੀ ਜਿਹੀ ਧੁੱਪ ਨਿਕਲੀ ਸੀਗੀ, ਬਟ ਹੁਣ ਫੇਰ ਵੀ ਹੋ ਗਿਆ। ਅਤੇ ਹੁਣ ਕੱਪੜੇ ਆ ਜਿਹੜੇ ਪਾਏ ਹੋਏ ਆ ਸੁੱਕੀ ਗਏ ਨੇ, ਹੁਣ ਉਤਾਰ ਲੈਂਦੇ ਆ ਕਿ 4 ਵੱਜ ਗਏ ਨੇ। ਅਤੇ ਬੰਨੀ ਜੀ ਨੂੰ ਵੀ ਮੈਂ ਬੁਲਾ ਲਿਆ, ਬੰਨੀ ਜੀ ਮੇਰੀ ਹੈਲਪ ਕਰੂੰਗੇ। ਅਤੇ ਮੈਂ ਤਾਂ ਬੰਨੀ ਜੀ ਹੁਣ ਉਤਾਰ ਗਏ ਕੱਪੜੇ ਸਾਰੇ, ਨੀਚੇ ਲੈ ਜੂੰਗੇ ਅਤੇ ਤੈਅ ਕਰੂੰਗੀ ਫਿਰ ਮੈਂ ਇਹਨਾਂ ਦੀ। ਅਤੇ ਹੁਣ ਸਬਜ਼ੀ ਤਾਂ ਹੈਗੀ ਆ, ਅਤੇ ਹੁਣ ਜਾਊਂਗੇ ਅਸੀਂ ਗੁਰਦੁਆਰਾ ਸਾਹਿਬ ਸੇਵਾ ਕਰਨ ਦੇ ਲਈ, ਕਿਉਂਕਿ ਗੁਰਪੁਰਬ ਅਤੇ ਉਹਦੇ ਕਰਕੇ ਹੁਣ ਜਾਊਂਗੇ ਗੁਰਦੁਆਰਾ ਸਾਹਿਬ। ਅਤੇ ਹਰ ਸਾਲ ਜਾਂਦੇ ਆ ਅਤੇ ਇਸ ਵਾਰ ਵੀ ਜਾਊਂਗੇ ਕਿਉਂਕਿ ਬਹੁਤ ਜ਼ਿਆਦਾ ਦਿਲ ਲੱਗਦਾ ਅਤੇ ਸੇਵਾ ਹੋ ਜਾਂਦੀ ਆ। ਅਤੇ ਬਾਹਰ ਦਾ ਦੇਖਿਓ ਵੈਦਰ ਕਿਵੇਂ, 4 ਵਜੇ ਹੀ ਨਾ ਇਵੇਂ ਲੱਗਦਾ ਜਿਵੇਂ ਸ਼ਾਮ ਹੋ ਗਈ ਆ ਅਤੇ ਇਵੇਂ ਬਣਿਆ ਪਿਆ। ਧੁੱਪ ਤਾਂ ਬਿਲਕੁਲ ਵੀ ਨਹੀਂ ਹੈਗੇ, ਹੁਣ ਜਦੋਂ ਬਾਰਿਸ਼ ਹੋਏਗੀ ਨਾ ਅਤੇ ਉਸ ਤੋਂ ਬਾਅਦ ਫਿਰ ਹੋਏਗਾ, ਬਾਰਿਸ਼ ਤੋਂ ਬਾਅਦ ਮਤਲਬ ਕਿ ਫਿਰ ਸਹੀ ਤਰ੍ਹਾਂ ਧੁੱਪ ਨਿਕਲਿਆ ਕਰੂਗੀ ਥੋੜ੍ਹੀ। ਬਟ ਹੁਣ ਰਹਿਣਾ ਅੱਗੇ ਇਵੇਂ ਹੀ ਰਹਿਣਾ, ਧੁੰਦਾਂ ਪੈਣ ਲੱਗ ਜਾਣੀਆਂ ਕਿ ਦਸੰਬਰ ਦਾ ਮਹੀਨਾ ਚੱਲ ਜਾਣਾ, ਹੁਣ ਅਗਲੇ ਮਹੀਨੇ ਨਵੰਬਰ ਚੱਲਿਆ ਹੋਇਆ, ਆਹਦਾ 7 ਆ ਇਹ ਵੀ ਨਿਕਲ ਗਿਆ। ਅਤੇ ਇੱਧਰ ਹਾਂ ਇਹਨੇ ਬੰਨੀ ਜੀ ਆ ਗਏ ਨੇ ਅਤੇ ਹੁਣ ਕੱਪੜੇ ਉਤਾਰ ਲੈਂਦੇ ਹਾਂ ਅਸੀਂ। ਹਮੇਸ਼ਾ ਇਹ ਫੋਨ 'ਤੇ ਹੀ ਬਿਜ਼ੀ ਰਹਿੰਦੇ ਆ। ਅਤੇ ਬਾਹਰ ਦਾ ਦੇਖੋ ਕਿੰਨੇ ਨਾ ਧੁੰਦ ਜੀ ਕਿੱਦਾਂ ਪਈ ਆ ਨਾ, ਸਾਰਾ ਚਿੱਟਾ ਚਿੱਟਾ ਹੋਇਆ। ਹੁਣ ਕੱਪੜੇ ਉਤਾਰ ਲੈਂਦੇ ਹਾਂ ਅਸੀਂ ਸਾਰੀਆਂ, ਪਹਿਲੇ ਚੁੰਡੀਆਂ ਉਤਾਰਦੇ ਹਾਂ। ਹਾਂਜੀ ਹਾਂਜੀ ਡਬਲ ਹੈ, ਉਧਰ ਤੋਂ ਵੀ ਵਿਛ ਜਾਂਦੀ ਹੈ, ਇੱਧਰ ਵੀ ਵਿਛ ਜਾਂਦੀ। ਹੁਣ ਮੈਂ ਵਾਈਟ ਵਿਛਾਈ ਹੈ ਅਤੇ ਬਹੁਤ ਸੋਹਣੀ ਲੱਗਦੀ ਹੈ ਇਹ ਵਾਈਟ, ਕਿਉਂਕਿ ਇਹਦੇ ਨਾਲ ਮੈਚ ਹੋ ਜਾਂਦੀ ਹੈ ਨਾ ਇਹਦੇ ਨਾਲ, ਅਤੇ ਤਾਂ ਕਰਕੇ ਹੁਣ ਸੂਟ ਕੱਢ ਲਿਆ ਮੈਂ ਅਤੇ ਹੁਣ ਆਪਣਾ ਇਹਨੂੰ ਪਾ ਲੈਂਦੀ ਹਾਂ ਅਤੇ ਰੇਡੀ ਹੋ ਜਾਂਦੀ ਹੈ ਫਿਰ ਗੁਰਦੁਆਰਾ ਸਾਹਿਬ ਜਾਣਾ। 20 ਹੋ ਗਏ ਨੇ ਅਤੇ ਹੁਣ ਅਸੀਂ ਲਾਈਕ ਚੱਲੇ ਹਾਂ ਗੁਰਦੁਆਰਾ ਸਾਹਿਬ ਅਤੇ ਤਾਜਵੰਸ਼ ਇੱਥੇ ਰਹੂੰਗੇ, ਇਹਨਾਂ ਨੂੰ ਲੈ ਜੂੰਗੇ ਮੈਂ ਕੱਲ੍ਹ ਨੂੰ। ਅਤੇ ਬਾਹਰ ਹੈਗੀ ਆ ਠੰਡ ਅਤੇ ਅਸੀਂ ਕਰਨੀ ਆ ਸੇਵਾ, ਅਤੇ ਇਹਨਾਂ ਨੇ ਟਿੱਕ ਕੇ ਇਹਨਾਂ ਨੂੰ ਦਿਲ ਵੀ ਨਹੀਂ ਲੱਗਣਾ ਹੈਗਾ ਹੈ ਨਾ ਤਾਜ, ਅਤੇ ਇਕੱਲੇ ਹੈ ਨਹੀਂ ਤਾਂ ਕੱਲ੍ਹ ਲੈ ਜੂੰਗੀ ਪੁੱਤ ਤੁਮੇ, ਠੀਕ ਹੈ ਆਪ ਰੈਸਟ ਕਰ ਲਓ ਅੱਜ, ਕੱਲ੍ਹ ਕੋ ਲੈ ਜੂੰਗੀ ਫਿਰ ਮੈਂ ਤੁਮੇ ਸਵੇਰ। ਅਤੇ ਬਸ ਹੁਣ 5:20 ਹੋ ਗਏ ਨੇ, ਹੁਣ ਅਸੀਂ ਚੱਲੇ ਹਾਂ ਅਤੇ ਬਾਹਰ ਨਾ ਧੁੰਦ ਹੋ ਗਈ ਆ, ਵਾਈਟ ਵਾਈਟ ਹੋਇਆ ਪਿਆ ਬਿਲਕੁਲ, ਇਹ ਫੋਗ ਨਹੀਂ ਹੁੰਦੀ ਜਿੱਦਾਂ ਇੱਦਾਂ ਹੋਇਆ ਪਿਆ ਬਾਹਰ। ਅਤੇ ਉਹ ਤਾਂ ਅੱਜ ਬਹੁਤ ਪਾਪਾ ਕਹਿ ਰਹੇ ਹੋ ਬਹੁਤ ਅੱਛਾ ਸਜਾਇਆ ਹੋਇਆ, ਕੱਲ੍ਹ ਕੋ ਦੇਖਣਾ, ਕੱਲ੍ਹ ਕੋ ਦੇਖਣਾ ਬਹੁਤ ਅੱਛਾ ਸਜਾਇਆ ਹੋਇਆ। ਅਤੇ ਬੰਚ ਕਰ ਰਿਹਾ ਰੈਸਟ ਕਿਉਂਕਿ ਥੱਕ ਗਿਆ, ਅਤੇ ਇਹਨਾਂ ਨੂੰ ਸੌਕਸ ਵਗੈਰਾ ਪਾ ਦਿਆ ਕਿਉਂਕਿ ਹੁਣ ਨਾ ਠੰਡ ਹੋ ਗਈ ਆ ਅਤੇ ਨੀਚੇ ਇਹ ਨੰਗੇ ਪੈਰ ਫਿਰਦੇ ਆ, ਅਤੇ ਤਾਂ ਕਰਕੇ ਇਹਨਾਂ ਨੂੰ ਸੌਕਸ ਪਾ ਦਿੱਤੀਆਂ ਮੈਂ, ਹੁਣ ਜਿਵੇਂ ਮਰਜ਼ੀ ਆਪਣਾ ਫਿਰੀ ਜਾਣਾ ਇਹ ਨੰਗੇ ਪੈਰ ਲੈ ਕੇ। ਅਤੇ ਮੈਂ ਵੀ ਆਪਣੀ ਸਟਾਲ ਕੱਢ ਲਈ ਆ ਕਿਉਂਕਿ ਬਾਹਰ ਹਵਾ ਚੱਲ ਰਹੀ ਆ ਠੰਡੀ ਅਤੇ ਠੰਡ ਹੈਗੀ ਆ, ਅਤੇ ਹੁਣ ਚੱਲਦੇ ਹਾਂ। ਪਾਰਵਨ ਨਾਮ ਮੇਰਾ ਵਾਰ ਅਨੰਤ ਜੋ ਕੇ ਰਸਾਇ
ਸੁੰਦਰ ਫੁੱਲ ਲਗਾਏ ਹੋਏ ਨਾ, ਸੋਹਣੇ ਲੱਗ ਰਹੇ ਆ। ਉਹਰੇ ਤਾਂ ਬਣਾ ਅੰਦਰ ਤੱਕ ਹੀ ਨਾ ਉਹਰੇ ਤਾਂ ਦੁੱਧ ਚ ਪਾਇਆ ਕੁਛ ਇਦਾਂ ਹੀ ਸਿੰਪਲ ਆ ਨਾ, ਲੈਚੀਆਂ ਪਾਈ ਲੈਚੀਆਂ ਗਾਈ ਜੀ। ਮੱਥਾ ਟੇਕਣ ਤੋਂ ਬਾਅਦ ਹੁਣ ਲੱਗਿਆ ਸੀ ਦੁੱਧ ਪੀਣ ਨਾਲ ਲਏ ਪਕੌੜੇ ਗਰਮ ਗਰਮ ਪਏ ਆ, ਤਾਜ਼ਾ ਤਾਜ਼ੇ ਬਣੇ ਹੋਏ ਆ ਨਾ। ਚਾਹ ਨਹੀਂ, ਚਾਹ ਹੈ ਨਹੀਂ, ਦੁੱਧ ਆ, ਦੁੱਧ ਆ। ਸੇਵਾ ਕਰਨ ਤੋਂ ਬਾਅਦ ਅਸੀਂ ਆ ਗਏ ਸੀਗੇ ਲੰਗਰ ਛਕਣ ਦੇ ਲਈ, ਲੰਗਰ ਛਕਿਆ ਅਤੇ ਉਸ ਤੋਂ ਬਾਅਦ ਫਿਰ ਅਸੀਂ ਚਲੇ ਗਏ ਸੀ ਘਰ ਨੂੰ। ਅਤੇ ਤੁਹਾਨੂੰ ਇਹ ਵਲੌਗ ਕਿਵੇਂ ਦਾ ਲੱਗਿਆ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।